ਸਾਸਤ੍ਰੀ ਕਾਲ ਜੀ ਆ ਆਪ ਸਭ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਮਜ਼ਦੂਰ ਜਾਂ ਛੋਟੇ ਕਿੱਡੜਾ ਜਿਹੜੇ ਵਕ ਵਕ ਸਰਕਾਰੀ ਵਿਭਾਗਾਂ ਦੇ ਵਿੱਚ ਕੁਝ ਰਜਵਾੜਾ ਸ਼ਾਹੀ ਪ੍ਰਥਾ ਤੇ ਕੁਝ ਵਰਨ ਵਿਵਸਥਾ ਇਹਨਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਲੋਕਾਂ ਨੂੰ ਕੁਝ ਇਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਆ ਜਿਹੜੀ ਦਾ ਵਿਰੋਧ ਕਰਨਾ ਬਣਦਾ ਜੇ ਗੱਲ ਕਰੀਏ ਸਾਡੇ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਆ ਇਹਨਾਂ ਨੂੰ ਕੋਸ ਲੋਕ ਮਜ਼ਦੂਰ ਦਿਹਾੜੀਆਂ ਕੰਮ ਉਸ ਤੋਂ ਬਾਅਦ ਗੋਲਾ ਭਈਆ ਸੀਰੀ ਵਰਗੇ ਸ਼ਬਦ ਵਰਤਦੇ ਆ ਜਿਹੜੇ ਇਹਨਾਂ ਦੇ ਸਵੈ ਮਾਨ ਤੇ ਸਿੱਧਾ ਅਸਰ ਪਾਉਂਦੇ ਆ ਅਸੀਂ ਇੱਕ ਡੋਸੀਅਰ ਤਿਆਰ ਕਰਨਾ ਚਾਹੁੰਨੇ ਆ ਜੀ ਦੇ ਵਿੱਚ ਇਹੋ ਜਿਹੇ ਸ਼ਬਦਾਵਲੀ ਵਰਤਣ ਵਾਲੇ ਲੋਕਾਂ ਖਿਲਾਫ ਬਣਦਾ ਕਾਰਵਾਈ ਕਰਵਾਉਣੀ ਤੇ ਇਹਨਾਂ ਨੂੰ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਜੂਨੀਅਰ ਕਿਸਾਨ ਵਜੋਂ ਇਹਨਾਂ ਦੀ ਜਿਹੜੀ ਆਈਡੈਂਟੀਟੀ ਕੋਡ ਫਿਕਸ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਜਿਸ ਤਰ੍ਹਾਂ ਕਿਸਾਨ ਨੂੰ ਅੰਨਦੂਤ ਕਿਹਾ ਜਾਂਦਾ ਹੈ ਤੇ ਇਹਨਾਂ ਨੂੰ ਰਿਸਪੈਕਟ ਵਧਾਉਣ ਵਾਸਤੇ ਸਮਾਜ ਦੇ ਵਿੱਚ ਇਹਨਾਂ ਨੂੰ ਅਨਦੇਵਦਾ ਦਾਰਜਾ ਦਿੱਤਾ ਜਾਵੇ ਤਾਂ ਕਿ ਇਹਨਾਂ ਨੂੰ ਅ ਇਹਨਾਂ ਦੀ ਜਿਹੜੀਆਂ ਸਦੀਆਂ ਤੋਂ ਕੀਤੀ ਮਿਹਨਤ ਜਿਹੜਾ ਖੇਤੀ ਨੂੰ ਉਨਤ ਕਰਨਾ ਰੋਈ ਬੀਆਵਾਂ ਤੋਂ ਜੰਗਲਾਂ ਤੋਂ ਵੱਢ ਕੱਟ ਕੇ ਪਥਰੀਲੇ ਪਹਾੜਾਂ ਨੂੰ ਪੱਧਰਾ ਕਰਕੇ ਜ਼ਮੀਨ ਜ਼ਮੀਨ ਤੋਂ ਬਣਾਉਣ ਤੋਂ ਬਾਅਦ ਅੱਜ ਦੀ ਵਿਕਸਿਤ ਖੇਤੀ ਤੱਕ ਆ ਸਾਡੇ ਦੇਸ਼ ਨੂੰ ਲਿਆਉਣ ਵਾਸਤੇ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਹੈ ਤੇ ਇਹਨਾਂ ਦੀ ਮਿਹਨਤ ਅਣ ਤੱਕ ਮਿਹਨਤ ਦਾ ਸਦਕਾ ਹੀ ਜਿਹੜਾ ਅੱਜ ਅਸੀਂ ਘਰਾਂ 'ਚ ਬੈਠੇ ਰੋਟੀ ਪਾਣੀ ਖਾਂਦੇ ਆ ਤੇ ਇਹਦੇ ਵਿੱਚ ਜਿਹੜਾ ਇਸ ਵਰਗ ਦਾ ਬੜਾ ਰੋਲ ਰਿਹਾ ਹੈ ਭਾਵ ਹੁਣ ਮੈਂ ਸ਼ਬਦਾਵਲੀ ਵਰਤਾਂਗਾ ਮਜ਼ਦੂਰ ਵਰਗ ਦੀ ਗੱਲ ਹੀ ਮੈਂ ਕਰਦਾ ਪਿਆ ਪਰ ਇਹਨਾਂ ਨੂੰ ਇਹ ਵਰਡਾ ਜਿਹੜੇ ਮਜ਼ਦੂਰ ਆ ਭਈਆ ਸਿਰੀ ਕੰਮ ਦਿਹਾੜੀਆ ਨੌਕਰ ਵਰਗੇ ਜਿਹੜੇ ਵਰਡਾ ਇਹਨਾਂ ਦੇ ਸਵੈ ਮਾਨ ਨੂੰ ਬਹੁਤ ਥੇਸ ਪਹੁੰਚਾਉਂਦੇ ਆ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਕਿਉਂਕਿ ਇਹ ਰਜਵਾੜਾ ਸ਼ਾਹੀ ਪ੍ਰਥਾ ਜਾਂ ਵਰਣ ਵਾਸਤਾ ਤੋਂ ਇਹ ਪ੍ਰੇਰਿਤ ਵਰਡ ਇਹਨਾਂ ਵਾਸਤੇ ਚੁਣੇ ਗਏ ਆ ਤੇ ਇਹਨਾਂ ਨੂੰ ਫੇਰ ਮੈਂ ਦੱਸਣਾ ਚਾਹੁੰਨਾ ਹੈ ਇਹਨਾਂ ਨੂੰ ਇੱਕ ਜੂਨੀਅਰ ਟਰੇਡ ਕੇਡਰ ਵਿੱਚ ਸ਼ਾਮਿਲ ਕਰਕੇ ਇਹਨਾਂ ਨੂੰ ਜੂਨੀਅਰ ਕਿਸਾਨ ਦਾ ਦਰਜਾ ਦਵਾ ਕੇ ਇਹਨਾਂ ਦਾ ਜਿਹੜਾ ਕੇਡਰ ਉਹਨੂੰ ਬਾਕੀ ਵਿਭਾਗਾਂ ਦੇ ਕੇਡਰਾਂ ਵਿੱਚ ਸ਼ਾਮਿਲ ਕਰਵਾ ਕੇ ਤਾਂ ਕਿ ਜਦੋਂ ਵਿਭਾਗਾਂ ਦੇ ਪੇ ਸਕੇਲ ਰਿਵਾਈਜ਼ ਹੋਣ ਤੇ ਨਾਲ ਇਹਨਾਂ ਦਾ ਵੀ ਵਿੱਚ ਹੋਵੇ ਇਸ ਕਰਕੇ ਜ਼ਰੂਰੀ ਆ ਇਹਨੂੰ ਸਿਸਟਮੈਟਿਕਲੀ ਜਿਹੜਾ ਅੱਗੇ ਤੋਰਿਆ ਜਾਵੇ ਤੇ ਅਗਲਾ ਆ ਜਾਂਦਾ ਹੈ ਆ ਦੂਸਰਾ ਆ ਜਾਂਦਾ ਹੈ ਮਹਿਕਮਿਆਂ ਦੇ ਵਿੱਚ ਜਿਆਦਾਤਰ ਇਹ ਗਰੀਬ ਲੋਕ ਆ ਛੋਟੀਆਂ ਪੋਸਟਾਂ ਤੇ ਹੁੰਦੇ ਆ ਤੇ ਉਹ ਵਰਨ ਵਿਵਸਥਾ ਮਹਿਕਮਿਆਂ ਦੇ ਵਿੱਚ ਇਹਨ ਬਿੰਨ ਲਾਗੂ ਕੀਤੀ ਗਈ ਆ ਭਾਵ ਜਦੋਂ ਦੇਸ਼ ਆਜ਼ਾਦੀ ਤੋਂ ਪਹਿਲਾਂ ਇਹ ਲੋਕ ਇਹਨਾਂ ਲੋਕਾਂ ਦੀ ਆਈਡੈਂਟੀ ਦਿੰਦੇ ਹੁੰਦੇ ਸੀ ਇਹ ਝਾੜੂ ਵਾਲਾ ਇਹ ਚਪੜਾਸੀ ਆ ਇਹ ਸੇਵਾਦਾਰ ਆ ਇਹ ਪੀਐਨ ਇਹ ਗੋਲਾ ਇਹ ਅਰਦਲੀਆ ਉਹੀ ਵਰਨਵਾਚਤਾ ਚਾਕੇ ਅੱਜ ਆਜ਼ਾਦ ਦੇਸ਼ ਦੇ ਵਿੱਚ ਵੀ ਸੇਮ ਇਨ ਬੈਨ ਲਾਗੂ ਕੀਤੀ ਗਈ ਹੈ ਕੀ ਇਹ ਲੋਕ ਕਿਸੇ ਦੇ ਪਰਸਨਲ ਗੋਲੇ ਆ ਕੀ ਇਹ ਇਹਨਾਂ ਦੇ ਸੇਵਾਦਾਰ ਰੱਖੇ ਹੋਏ ਆ ਇਹ ਸਿਸਟਮੈਟਿਕਲੀ ਆ ਜਿਸ ਤਰ੍ਹਾਂ ਅਸੀਂ ਵੱਡੇ ਅਹੁਦਿਆਂ ਤੇ ਕੰਮ ਕਰਦੇ ਅਧਿਕਾਰੀ ਆ ਐਸੇ ਤਰ੍ਹਾਂ ਹੀ ਛੋਟੇ ਅਹੁਦਿਆਂ ਤੇ ਕੰਮ ਕਰਦੇ ਜਿਹੜੇ ਕਰਮਚਾਰੀ ਆ ਕਿਸੇ ਨੂੰ ਹੱਕ ਨਹੀਂ ਹੈ ਕੇ ਸਮਾਜ ਨੂੰ ਇਹ ਦੱਸਣ ਕਿ ਇਹ ਬੰਦਾ ਸੇਵਾਦਾਰ ਹੈ ਇਹ ਬੰਦਾ ਝਾੜੂ ਫੇਰ ਹੈ ਇਹ ਬੰਦਾ ਮਾਲੀ ਹੈ ਇਹ ਬੰਦਾ ਚੌਂਕੀਦਾਰ ਹੈ ਬਲਕਿ ਅ ਅਸੀਂ ਇਸ ਗੱਲ ਦੇ ਵਿੱਚ ਕਲੀਅਰ ਕਰ ਦੇਣਾ ਚਾਹੁੰਦੇ ਆ ਇੱਕ ਜੋਬ ਪ੍ਰੋਫਾਈਲ ਆ ਜਿਸ ਦੇ ਅਧੀਨ ਕਰਮਚਾਰੀ ਨੂੰ ਦਾ ਅ ਅਧਿਕਾਰ ਖੇਤਰ ਤੇ ਜਿਹੜੇ ਰੋਜ਼ਮਰਾਂ ਦੇ ਕੰਮਾਂ ਦੀ ਜਿਹੜੀ ਆ ਡਿਊਟੀ ਆ ਜਿਹੜੀ ਸਮਝਾਈ ਜਾਂਦੀ ਆ ਤੇ ਉਹਦੇ ਅੰਤਰਗਤ ਕਰਮਚਾਰੀ ਨੂੰ ਪਤਾ ਹੋਵੇ ਜਾਂ ਮਹਿਕਮੇ ਦੇ ਵਿੱਚ ਜਿਹੜੇ ਉਹ ਤੋਂ ਕੰਮ ਲੈਣ ਵਾਲੇ ਨਮਾਇंदे ਆ ਉਹਨਾਂ ਨੂੰ ਪਤਾ ਹੋਵੇ ਬਾਹਰ ਮਹਿਕਮਿਆਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਕਿ ਇਹ ਬੰਦਾ ਝਾੜੂ ਫੇਰਨ ਵਾਲਾ ਹੈ ਇਹ ਬੰਦਾ ਚਪੜਾਸੀ ਆ ਇਹ ਬੰਦਾ ਮਾਲੀ ਆ ਇਹ ਬੰਦਾ ਪੀਐਨ ਇਹ ਬੰਦਾ ਸਾਡਾ ਗਾਰਡ ਆ ਇਹ ਬੰਦਾ ਸਾਡਾ ਅ ਅਲੱਗ-ਅਲੱਗ ਜੋ ਵੀ ਹੈ ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਚਾਹੀਦਾ ਉਹਦਾ ਕਾਰਨ ਕੀ ਹੈ ਜਦੋਂ ਅਸੀਂ ਉਹਦੇ ਉਸੇ ਤਰ੍ਹਾਂ ਵਰਣਬਵਸਤਾ ਦੇ ਮੁਤਾਬਕ ਇਹਦੀ ਰਿਸਪੈਕਟ ਸੈੱਟ ਕਰ ਦਿੰਨੇ ਆ ਮਹਿਕਮੇ ਆ ਜਿਹੜੇ ਕਰਮਚਾਰੀ ਦੀ ਰਿਸਪੈਕਟ ਸੈੱਟ ਕਰ ਦਿੰਦੇ ਆ ਉਸ ਤੋਂ ਬਾਅਦ ਕਰਮਚਾਰੀ ਦੇ ਰੋਜ਼ ਦੇ ਰੋਜ਼ਮਰਾਂ ਦੇ ਕੰਮਾਂ ਤੇ ਅਸਰ ਪੈਂਦਾ ਨਾਲ ਹੀ ਉਹਦੇ ਪਰਿਵਾਰਕ ਰੈਪੋ ਤੇ ਅਸਰ ਪੈਂਦਾ ਨਾਲ ਹੀ ਜਿਹੜੀ ਉਹਦੇ ਤੇ ਸ਼ੁਭਾਸ਼ੂਦ ਵਾਲਾ ਇਹ ਜਿਹੜਾ ਹੈ ਇਦੇ ਚ ਲਾਗੂ ਹੋ ਜਾਂਦਾ ਹੈ ਅ ਸਿਸਟਮ ਲਾਗੂ ਹੋ ਜਾਂਦਾ ਹੈ ਇਸ ਕਰਕੇ ਇਹ ਵੀ ਜ਼ਰੂਰੀ ਬਣਦਾ ਹੈ ਇਹਨਾਂ ਲੋਕਾਂ ਨੂੰ ਇੱਕ ਆਈਡੈਂਟੀ ਵੱਖਰੀ ਦੇਣੀ ਇਹਨਾਂ ਨੂੰ ਅ ਜੂਨੀਅਰ ਟ੍ਰੇਡ ਕੇਡਰ ਤੇ ਜਾਂ ਫਿਰ ਇਹਨਾਂ ਨੂੰ ਐਡਮ ਸਟਾਫ ਵਜੋਂ ਇੱਕ ਆਈਡੈਂਟੀ ਦੇ ਕੇ ਵਿਭਾਗਾਂ ਦੇ ਅੰਤਰਗਤ ਸਿਸਟਮ ਦੇ ਸੁਧਾਰ ਵਾਸਤੇ ਜਿਹੜੇ ਕੰਮਾਂ ਵਾਸਤੇ ਵਰਤਾ ਜਾਵੇ ਨਾ ਕਿ ਇਹਨਾਂ ਨੂੰ ਸਮਾਜ ਦੇ ਵਿੱਚ ਇਹਨਾਂ ਦੀ ਜਿਹੜੀ ਆ ਆਇਡੈਂਟੀ ਕ੍ਰੀਏਟ ਕੀਤੀ ਜਾਵੇ। ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਚੈਲੰਜ ਕਰਦੇ ਹਾਂ ਜਿਹੜੀਆਂ ਵਰਨ ਵਿਵਸਥਾ ਤੋਂ ਪ੍ਰੇਰਿਤ ਹੋ ਕੇ ਰਜਵਾੜਾ ਸ਼ਾਹੀ ਪ੍ਰਥਾ ਤੋਂ ਪ੍ਰੇਰਿਤ ਹੋ ਕੇ ਸਾਡੇ ਲੋਕਾਂ ਤੇ ਲਾਗੂ ਕੀਤੀਆਂ। ਤੇ ਆਓ ਆਪਾਂ ਸਾਰੇ ਰਲ ਮਿਲ ਕੇ ਇਹ ਅਭਿਆਨ ਨੂੰ ਅੱਗੇ ਤੋਰੀਏ। ਡਰਾਫਟਿੰਗ ਕਮੇਟੀ ਵਾਅਦੇ ਤੁਹਾਡੇ ਸਭ ਦੇ ਸੁਝਾਵਾਂ ਦੀ ਜ਼ਰੂਰਤ ਹੈ। ਤੇ ਜਿਹੜੇ ਵੀ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਜੰਬੁੱਦੀ ਜੀਵੀਆਂ ਨੂੰ ਬੇਨਤੀ ਕਰਦੇ ਆ ਕੋਈ ਉਹ ਜਾ ਸਾਂਝਾ ਮੰਚ ਬਣਾਓ ਤਾਂ ਕਿ ਇੱਕ ਅਸੀਂ ਸਰਕਾਰ ਤੋਂ ਡੋਸੀਅਰ ਬਣਾ ਕੇ ਇਹ ਐਨ ਬੈਨ ਲਾਗੂ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ